तन तन साहिब श्री गुरु ग्रंथ साहिब महाराज जी यंदी पावन ते पवित्र हजूरी विच जुड़ बैठे सतगुरां दी प्यारी सत्संग जीओ। सब तो पहला गज वज के फतेह बुलाइए जी। कोई भी रसना वांझी ना रवे, सारे सतगुरां दे प्यार विच फतेह बुलाओ। सारी संगत गज के आखो जी वाहिगुरु जी का। सत्संग जी, बाबा नंद सिंह जी दा वचन ने कहिंदे अपने मुरशद दी याद विच जुड़ना भी एक बंदगी है। कह दिओ वाहिगुरु। अपने मुरशद दी याद विच जुड़ना भी एक बंदगी है। महापुरख पहुंचे ने बहुत बहुत जी आया नूं जी आया नूं। संत बाबा अमरीक सिंह जी पड़ैन वाले, संत बाबा हरविंदर सिंह जी रौली वाले, होर कई साधु जन आए ने जी आया नूं जी आया नूं। आओ उन्हां दी मिट्टी प्यारी याद विच जुड़े आ। 10 मिंट का समय है, आओ सारे रल मिल के धरना पढ़ियो। पहला दास पढ़ेगा, फिर जत्था, फिर सारी संगत कृपा करे आ जी। आओ पढ़ो पढ़ो। जय जयकारी उनादी होवे जिन्हां ने कमाइयां कीतियां। जय जय गज के भाई। वाह वाह। ओ जिन्होंने कमाया कीती जिन्होंने जी कमाया कीतिया जिन्होंने जी कमाया स्टेज वाले कृपा करो। जय जय का जय जयकार उन्हां दी हो। सतसंग जी, साधु महात्मा दुनिया नूं तारन दे लई आउंदे ने। कह दिओ वाहिगुरु। अज जिन्हां दी याद विच जुड़े आ उन्होंने ये शरीर नूं ये जिंद नूं सतगुर दे लेखे लाया, तां उन्हां नूं लोक चुक चुक के मत्थे टेकदे ने। बाबा नंद सिंह ने कहना कि कोई साधु महात्मा होवे उन्हूं आप मत्थे टकाउण दी लोड़ नहीं। जो करनी वाला होएगा ना, जो ने रब दे इन्नी पूजा कीती होवे, सतगुर नूं हाजर नाजर जानिया होवे, ਉਹਨੂੰ ਵੇਖਦੇ ਅਨੁਸਾਰ ਸਿਰ ਝੁਕ ਜਾਂਦਾ ਹੈ ਤੇ ਹੱਥ ਜੁੜਦੇ ਨੇ। ਕਹਿ ਦਿਓ ਵਾਹਿਗੁਰੂ ਵਾਹਿਗੁਰੂ। ਸਤ ਸੰਗਤ ਜੀ, ਮੈਂ ਛੋਟੀ ਜੀ ਸਾਖੀ ਇੱਕ, 10 ਮਿੰਟ ਦਾ ਸਮਾਂ ਸੀ, 5 ਮਿੰਟ ਬਾਕੀ ਨੇ। ਇੱਕ ਵਾਰ ਇੱਕ ਫਕੀਰ ਇੱਕ ਸਾਧੂ
ਕਿਸੇ ਦੇ ਘਰ ਗਏ ਅੰਧੇ ਦਰਵਾਜ਼ਾ ਖੜਕਾਇਆ ਸਾਧੂ ਨੇ ਤੇ ਸਾਧੂ ਕਹਿੰਦੇ ਮੈਨੂੰ ਕੁਝ ਖਾਣ ਨੂੰ ਦਿਓ ਮੇਰਾ ਪੇਟ ਭੁੱਖਾ ਹੈ ਮੈਨੂੰ ਕੁਝ ਖਾਣ ਲਈ ਦਿਓ ਮੈਂ ਛਕਣਾ ਹੈ ਤੇ ਆਂਦੇ ਬੀਬੀ ਉੱਪਰ ਜਬਾਰੇ ਦੇ ਚੜੀ ਸੀ ਕਈ ਸਾਧੂਆਂ ਦੇ ਨਿੰਦਕ ਵੀ ਹੁੰਦੇ ਨੇ ਇੱਥੇ ਅੱਜ ਦੇ ਸਮੇਂ ਦੀ ਗੱਲ ਨਹੀਂ ਗੁਰੂ ਨਾਨਕ ਸਾਹਿਬ ਤੋਂ ਹੀ ਇਹ ਪਰੰਪਰਾ ਇੱਥੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਨੂੰ ਵੱਟੇ ਮਾਰੇ ਸੀ ਆਖੋ ਵਾਹਿਗੁਰੂ ਵਾਹਿਗੁਰੂ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਸਾਧੂਆਂ ਨੂੰ ਮਾਰਦੇ ਉਹ ਗੰਦਗੀ ਦੇ ਕੀੜੇ ਸਦਾ ਗੰਦਗੀ ਚ ਰਹਿੰਦੇ ਨੇ ਰੱਬ ਦੇ ਪਿਆਰੇ ਸਦਾ ਗੰਦਗੀ ਚ ਰਹਿੰਦੇ ਪਰ ਇਹੋ ਜਿਹੇ ਬੰਦੇ ਬੜੇ ਘੱਟ ਸੰਸਾਰ ਤੇ ਉਹ ਵੇਖ ਮਰਦਾਨਿਆ ਰੰਗ ਕਰਤਾਰ ਸਤ ਸੰਗਤ ਜੀ ਆਂਦੇ ਉਹ ਬੀਬੀ ਉੱਪਰ ਚੜੀ ਚਬਾਰੇ ਤੇ ਪਾਣ ਚਬਾਂਦੀ ਚਬਾਂਦੀ ਨੇ ਨਾ ਸਾਧੂਆਂ ਦੇ ਉੱਤੇ ਥੁੱਕ ਸੁੱਟ ਦਿੱਤੀ ਕਹਿੰਦੀ ਲੈ ਬਾਬਾ ਮੇਰੇ ਕੋਲ ਇਸ ਤੋਂ ਸਵਾ ਕੁਝ ਨਹੀਂ ਜਾ ਤੁਰਦਾ ਬਣ ਤੇ ਮਹਾਂਪੁਰਖ ਕਹਿੰਦੇ ਤੇਰਾ ਭੱਲਾ ਹੋਵੇ ਕਹਿੰਦੇ ਨਾ ਫਕੀਰਾ ਫਕੀਰੀ ਦੂਰ ਹੈ ਜਿਤਨੀ ਲੰਬੀ ਖੰਜੂਰ ਹੈ ਚੜ ਗਏ ਤੋਂ ਪੀਓਗੇ ਪ੍ਰੇਮ ਰਸ ਗਿਰ ਗਏ ਤੋਂ ਚੱਕਣਾ ਚੂਰ ਹੈ ਸਤ ਸੰਗਤ ਜੀ ਸਾਧੂ ਦੇ ਉੱਤੇ ਥੁੱਕਿਆ ਤੇ ਸਾਧੂ ਮਹਾਤਮਾ ਕਹਿੰਦੇ ਬੀਬੀ ਤੇਰਾ ਭੱਲਾ ਹੋਵੇ ਤੇਰਾ ਭਲਾ ਹੋਵੇ ਸਤ ਸੰਗਤ ਜੀ ਉਹਦਾ ਪਤੀ ਉਧਰੋਂ ਆਇਆ ਆਂਦੇ ਡੰਡਾ ਲਿਆ ਤੇ ਉਹਨੇ ਉਹ ਫਕੀਰ ਨੂੰ ਉਹ ਸਾਧੂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਉਹਨੇ ਆਪਣੀ ਕੁੱਟ ਕੁੱਟ ਕੇ ਰੀਜ ਲਾ ਲਈ ਤੇ ਮਹਾਂਪੁਰਖ ਫਿਰ ਕਹਿੰਦੇ ਨੇ ਕਹਿੰਦੇ ਤੇਰਾ ਭਲਾ ਹੋਵੇ ਕਹਿ ਦਿਓ ਵਾਹਿਗੁਰੂ ਔਖਾ ਕੰਮ ਫਕੀਰੀ ਵਾਲਾ ਹਾਂਜੀ ਹਾਂਜੀ ਕਹਿਣਾ ਸਤ ਸੰਗਤ ਜੀ ਬੜਾ ਔਖਾ ਕੰਮ ਹੈ ਜੇ ਕੋਈ ਸਾਨੂੰ ਮੰਦਿਆਂ ਆਖੇ ਉਹਨੂੰ ਵੀ ਚੰਗੀਆਂ ਕਹਿਣਾ ਔਖਾ ਕੰਮ ਫਕੀਰੀ ਵਾਲਾ ਹਾਂਜੀ ਹਾਂਜੀ ਸਾਧੂ ਬਣਨਾ ਬੜਾ ਔਖਾ ਹੈ ਸਤ ਸੰਗਤ ਜੀ ਕਹਿੰਦੇ ਨੇ ਨਾ ਔਖੀ ਮੰਜ਼ਲ ਫਕੀਰਾਂ ਵਾਲੀ ਮਿਲਦੀ ਹੈ ਮਾਰੇ ਮਾਰ ਕੇ ਔਖੀ ਮੰਜ਼ਲ